ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਗੱਲ ਕਰਨੀ ਆ ਵੀ ਜੇ ਗਰਮੀ ਪੈਂਦੀ ਹੈ ਤਾਂ ਵੀ ਆਪਾਂ ਫਿਰ ਕੀ ਕਰੀਏ, ਜਾਂ ਕਿਹੜੀ ਸਪਰੇਅ ਕੰਮ ਕਰੂਗੀ, ਅਤੇ ਜਾਂ ਹੋਰ ਕੀ ਹੱਲ ਆ ਗਰਮੀ ਤੋਂ ਬਚਾਉਣ ਵਾਸਤੇ ਕਣਕ ਨੂੰ, ਜਿਹੜਾ ਵੀ ਕਣਕ ਦੇ ਝਾੜ 'ਤੇ ਅਸਰ ਨਾ ਪਵੇ। ਕਈ ਵਾਰੀ ਐਂ ਹੁੰਦਾ ਵੀ ਜ਼ਿਆਦਾ ਗਰਮੀ ਪੈਣ ਕਰਕੇ ਆਪਣੇ ਦਾਣੇ ਜਿਹੜੇ ਛਿੱਟਿਆਂ ਦੇ ਵਿੱਚ ਪੂਰੇ ਬਣਦੇ ਨਹੀਂ, ਅਤੇ ਉਹ ਕਮਜ਼ੋਰ ਰਹਿ ਜਾਂਦੇ ਆ, ਬਰੀਕ ਹੋ ਜਾਂਦੇ ਆ, ਅਤੇ ਬਰੀਕ ਰਹਿਣ ਕਰਕੇ ਆਪਣੀ ਕਣਕ ਦਾ ਝਾੜ ਘੱਟ ਜਾਂਦਾ। ਆਪਾਂ ਇਹਦੇ ਬਾਰੇ ਕਰਾਂਗੇ ਗੱਲਬਾਤ। ਅਤੇ ਜਿਹੜੇ ਭਰਾ ਕੋਈ ਆਪਣੇ ਚੈਨਲ 'ਤੇ ਨਵੇਂ ਆਇਆ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ। ਜਿਵੇਂ ਐਤਕੀ ਪਹਿਲਾਂ ਬਹੁਤ ਆਪਾਂ ਜਦੋਂ ਕਣਕਾਂ ਬੀਜੀਆਂ ਉਦੋਂ ਗਰਮੀ ਸੀਗੀ, ਉਦੋਂ ਗਰਮੀ ਪੈਂਦੀ ਸੀ ਥੋੜ੍ਹੀ ਜਿਹੀ, ਐਂ ਨਹੀਂ ਆਪਾਂ ਕਹਿੰਦੇ ਵੀ ਆਪਾਂ ਨੂੰ ਵੀ ਹੱਦੋਂ ਬਾਹਲੀ ਗਰਮੀ ਸੀ, ਵੀ ਗਰਮੀ ਸੀਗੀ ਕਣਕ ਬੀਜਣ ਦੇ ਹਿਸਾਬ ਨਾਲ ਆਪਾਂ ਨੂੰ ਉਦੋਂ ਗਰਮੀ ਮਹਿਸੂਸ ਹੁੰਦੀ ਸੀ। ਕਿਉਂਕਿ ਜੇ ਅੱਜ ਤੋਂ 5-7 ਸਾਲ ਪਹਿਲਾਂ ਤੁਸੀਂ ਵੇਖੋਗੇ ਜਦੋਂ ਕਣਕ ਬੀਜਦੇ ਹੁੰਦੇ ਸੀ ਤਾਂ ਪੂਰੀ ਠੰਡ ਹੁੰਦੀ ਸੀ, ਅਤੇ ਉਹਦੇ ਮੁਕਾਬਲੇ 'ਚ ਐਤਕੀ ਜਦੋਂ ਆਪਾਂ ਕਣਕ ਬੀਜੀ ਹੈ ਉਦੋਂ ਗਰਮੀ ਸੀਗੀ, ਅਤੇ ਆਪਾਂ ਨੂੰ ਕਿਹੜਾ ਇੱਕ ਵਾਰੀ ਐਂ ਵੀ ਲੱਗਦਾ ਸੀਗਾ, ਤੁਸੀਂ ਵੇਖਿਆ ਹੋਊਗਾ ਵੀ ਕਣਕਾਂ ਨਿਸਰਨ ਲੱਗ ਪਈਆਂ ਸੀ, ਬਹੁਤ ਕਣਕਾਂ ਜਿਹੜੀਆਂ ਬਾਹਲੀਆਂ ਗੇਤੀਆਂ ਬੀਜੀਆਂ ਸੀ, ਕਈ ਕਈ ਵਰਾਇਟੀਆਂ 'ਚ ਇਹੋ ਜਿਹਾ ਕੰਮ ਸੀਗਾ ਵੀ ਉਹ ਨਿਸਰਨ ਲੱਗ ਪਈਆਂ ਸੀ। ਵੈਸੇ ਤਾਂ ਸਾਰੀਆਂ ਕਣਕਾਂ 'ਤੇ ਅਸਰ ਪਿਆ ਸੀ ਉਹਦਾ, ਅਤੇ ਉਹ ਗਰਮੀ ਪੈਣ ਕਰਕੇ ਕਣਕ ਨੇ ਫੂਟ ਨਹੀਂ ਕੀਤੀ, ਕਿਉਂਕਿ ਉਦੋਂ ਆਪਾਂ ਨੂੰ ਜਿਹੜੀ ਠੰਡ ਦੀ ਲੋੜ ਸੀ ਉਹ ਠੰਡ ਨਹੀਂ ਪਈ ਸੀ, ਪਰਮਾਤਮਾ ਨੇ ਕਿਰਪਾ ਕੀਤੀ ਚਲੋ, ਅਤੇ ਉਦੋਂ ਬਾਅਦ ਇਹੋ ਜਿਹੀ ਠੰਡ ਪਈ, ਇੰਨੀ ਠੰਡ ਪਈ ਅਤੇ ਮਹੀਨਾ ਡੇਢ ਮਹੀਨਾ ਪੂਰੀ ਠੰਡ ਪਈ ਹੈ, ਅਤੇ ਬਹੁਤ ਟਾਈਮ ਤਾਂ ਆਪਾਂ ਨੂੰ ਸੂਰਜ ਵੀ ਨਹੀਂ ਵੇਖਣ ਨੂੰ ਮਿਲਿਆ ਬਹੁਤ ਸਾਰੇ ਇਲਾਕਿਆਂ 'ਚ, ਅਤੇ ਉਹ ਠੰਡ ਨੇ ਆਪਣਾ ਬਹੁਤ ਫਾਇਦਾ ਕੀਤਾ, ਕਿਸਾਨਾਂ ਦਾ ਬਹੁਤ ਫਾਇਦਾ ਕੀਤਾ। ਉਹਦੇ ਨਾਲ ਕਣਕ ਰੁਕੀ, ਨਿਸਰਨ ਨੂੰ ਖੜੀਆਂ ਕਣਕਾਂ, ਅਤੇ ਫੋਟ ਕੀਤੀ ਕਣਕਾਂ ਨੇ। ਅਤੇ ਗੱਲ ਆਪਾਂ ਗਰਮੀ ਦੀ ਕਰਨੀ ਹੈ, ਕਈ ਕਣਕਾਂ ਐਂ ਲੱਗਦਾ ਸੀ ਵੀ ਉਹ ਤਾਂ ਬਸ ਗਈਆਂ, ਬਹੁਤ ਪਹਿਲਾਂ ਨਿਸਰ ਚੱਲੀਆਂ ਸੀ, ਠੰਡ ਨੇ ਰੋਕੀਆਂ ਅਤੇ ਉਹਨਾਂ ਦਾ ਫਾਇਦਾ ਹੋ ਗਿਆ, ਜਿਹੜੀਆਂ ਗੇਤੀਆਂ ਨਿਸਰਦੀਆਂ ਸੀ ਕਣਕਾਂ। ਚਲੋ ਹੁਣ ਤਾਂ ਹੁਣ ਟਾਈਮ ਹੀ ਆ ਕਣਕ ਦਾ ਨਿਸਰਨ ਦਾ, ਹੁਣ ਤਾਂ ਕਣਕ ਨੇ ਨਿਸਰਨਾ ਹੀ ਹੈ। ਅਤੇ ਜਿਹੜੀ ਗਰਮੀ ਦੀ ਗੱਲ ਆਪਾਂ ਕਰਦੇ ਹਾਂ ਵੀ ਕਣਕ ਨੂੰ ਗਰਮੀ ਤੋਂ ਕਿਵੇਂ ਬਚਾਈਏ ਜੇ ਗਰਮੀ ਪੈਂਦੀ ਹੈ ਤਾਂ, ਅੱਗੇ ਹਜੇ ਤੱਕ ਤਾਂ ਕੋਈ ਇਹੋ ਜਿਹਾ ਨਹੀਂ ਗਾ, ਪਰ ਹੋ ਸਕਦਾ ਗਰਮੀ ਪਵੇ ਕਿਉਂਕਿ ਧੁੱਪਾਂ ਕੜੀਆਂ ਲੱਗਦੀਆਂ, ਅਤੇ ਦਿਨੇ ਜਦੋਂ ਧੁੱਪ ਕੜੀ ਲੱਗਦੀ ਹੈ ਅਤੇ ਗਰਮੀ ਬਣ ਜਾਂਦੀ ਹੈ। ਵੈਸੇ ਤਾਂ ਰਾਤ ਨੂੰ ਵੀ ਠੰਡ ਹੁੰਦੀ ਹੈ ਅਤੇ ਸੁਬਾਹ ਵੀ 10-11 ਵਜੇ ਤੱਕ 10 ਵਜੇ ਤੱਕ ਠੰਡ ਹੁੰਦੀ ਹੈ ਪੂਰੀ, ਇਹ ਵੀ ਵਧੀਆ ਕਣਕ ਵਾਸਤੇ। ਅਤੇ ਬਾਕੀ ਜਿਹੜੀ ਜੇ ਆਪਾਂ ਸਪਰੇਅ ਦੀ ਗੱਲ ਕਰੀਏ ਤਾਂ ਕਣਕ 'ਤੇ ਗਰਮੀ ਵਾਸਤੇ ਤਾਂ ਜੇ ਆਪਾਂ ਪੋਟਾਸ਼ ਦੀ ਸਪਰੇਅ ਕਰਦੇ ਹਾਂ, ਜਿਵੇਂ ਮੰਨ ਲਓ ਆਪਾਂ ਕੋਈ ਵੀ ਤਾਕਤ ਵਾਲੀ ਸਪਰੇਅ ਕਰਦੇ ਹਾਂ, ਨਾਲ ਆਪਾਂ ਤਾਕਤ ਵਾਲੀ ਪਾਉਣੀ ਹੈ, ਅਤੇ ਜਿਵੇਂ ਆਪਾਂ 13-0-45 ਇਹਦੇ ਵਿੱਚ ਵੀ ਪੋਟਾਸ਼ ਹੁੰਦੀ ਹੈ, ਅਤੇ ਬਾਕੀ ਪੋਟਾਸ਼ ਵੀ ਅਸਰ ਕਰਦੀ ਹੈ, ਬਚਾਉਂਦੀ ਹੈ ਕੁਛ ਨਾ ਕੁਛ ਠੰਡ ਤੋਂ ਆ ਗਰਮੀ ਤੋਂ ਕਣਕ ਨੂੰ, ਅਤੇ ਝਾੜ ਵਧਣ 'ਚ ਵੀ ਅਸਰ ਪਾਉਂਦੀ ਹੈ, ਇਹਦੇ ਨਾਲ ਦਾਣਿਆਂ ਦਾ ਵਜ਼ਨ ਬਣਦਾ ਅਤੇ ਝਾੜ 'ਤੇ ਅਸਰ ਪੈਂਦਾ। ਬਾਕੀ ਇਹ ਜਿਵੇਂ ਗਰਮੀ ਆਪਾਂ ਨੂੰ ਲੱਗਦਾ ਵੀ ਗਰਮੀ ਪਊਗੀ ਅਤੇ ਉਹਦਾ ਵੀ ਕੁਛ ਨਾ ਕੁਛ ਇਹ ਬੱਚਤ ਕਰੂਗੀ। ਅਤੇ ਇਸ ਤੋਂ ਬਾਅਦ ਫਿਰ ਆਪਣਾ ਦੇਸੀ ਤਰੀਕਾ ਹੁੰਦਾ, ਜਿਵੇਂ ਵੀ ਕਈ ਵਾਰੀ ਜ਼ਿਆਦਾ ਗਰਮੀ ਪਵੇ ਤਾਂ ਫਿਰ ਆਪਾਂ ਜੇ ਕਣਕ ਨੂੰ ਪਾਣੀ ਲਾ ਲਈਏ, ਕਿਉਂਕਿ ਪਾਣੀ ਨਾਲ ਵੀ ਬਹੁਤ ਫਰਕ ਪੈਂਦਾ। ਪਾਣੀ ਨਾਲ ਆਏ ਹਾਂ ਵੀ ਜਦੋਂ ਪਾਣੀ ਲੱਗ ਜਾਂਦਾ ਜੜ੍ਹਾਂ ਨੂੰ ਗਿੱਲੀਆਂ ਹੋ ਜਾਂਦੀਆਂ ਅਤੇ ਗਰਮੀ ਉਹਨਾਂ ਅਸਰ ਨਹੀਂ ਪਾਉਂਦੀ ਅਤੇ ਬਹੁਤ ਫਾਇਦਾ ਹੋ ਜਾਂਦਾ। ਕਈ ਵਾਰੀ ਕਈ ਕਿਸਾਨ ਪਤਾ ਕੀ ਕਰਦੇ ਹੈ,
ਜ਼ਿਆਦਾ ਗਰਮੀ ਪੈਂਦੀ ਕਰਕੇ ਪਾਣੀ ਆਪਾਂ ਕਹਿ ਜਾਂਦੇ ਵੀ ਪਾਣੀ ਹੁਣ ਨਹੀਂ ਲਾਉਣਾ, ਅਤੇ ਉਹ ਫਿਰ ਦਾਣਿਆਂ 'ਤੇ ਅਸਰ ਪੈਂਦਾ ਜਾ ਕੇ ਜ਼ਿਆਦਾ ਗਰਮੀ ਨਾਲ, ਕਿਉਂ ਥੱਲਿਓਂ ਵੀ ਸੁੱਕਿਆ ਹੁੰਦਾ ਵਾਹਣ, ਉੱਤੋਂ ਗਰਮੀ ਪੈਂਦੀ ਹੈ ਅਤੇ ਉਹ ਦਾਣੇ ਪੂਰੇ ਬਣਦੇ ਨਹੀਂ, ਅਤੇ ਉਹਦੇ ਨਾਲ ਵੀ ਅਸਰ ਪੈਂਦਾ। ਇਹ ਆਪਣਾ ਹੈਗਾ ਵੀ ਆਪਣਾ ਦੇਸੀ ਤਰੀਕਾ ਵੀ ਆਪਾਂ ਪਾਣੀ ਵੀ ਲਾ ਦਈਏ ਕਣਕ ਨੂੰ ਜੋ ਜ਼ਿਆਦਾ ਗਰਮੀ ਪਵੇ, ਅਤੇ ਤਾਂ ਵੀ ਬਹੁਤ ਬੱਚਤ ਹੋ ਜਾਂਦੀ ਹੈ ਗਰਮੀ ਤੋਂ ਕਣਕ ਨੂੰ, ਅਤੇ ਝਾੜ ਵਧੀਆ ਬਣ ਜਾਂਦਾ। ਅਤੇ ਬਾਕੀ ਜਿਹੜੀ ਕੁਦਰਤੀ ਠੰਡ ਨਾਲ ਝਾੜ ਬਣਨਾ, ਉਹ ਤਾਂ ਪਰਮਾਤਮਾ ਨੇ ਬਣਾਉਣਾ ਹੁੰਦਾ, ਉਹ ਤਾਂ ਆਪਾਂ ਕਰ ਨਹੀਂ ਸਕਦੇ, ਪਰ ਆਪਣੇ ਹੁੰਦੇ ਆ ਵੀ ਆਪਾਂ ਕੀ ਕਰ ਸਕਦੇ ਹਾਂ, ਜਿਹੜਾ ਕੁਛ ਕਰ ਸਕਦੇ ਹਾਂ। ਅਤੇ ਬਾਕੀ ਕਈ ਵਾਰੀ ਕਈ ਭਰਾ ਹੁਣ ਜਿਵੇਂ ਕਣਕ ਨਿਸਰ ਆਈ ਅਤੇ ਜਾਂ ਨਸਾਰਾ ਕਰਦੀ ਆ, ਉਦੋਂ ਯੂਰੀਆ ਵੀ ਪਾਉਂਦੇ ਆ। ਇਹ ਬਹੁਤ ਮੈਂ ਇਹੋ ਜਿਹੇ ਕਿਸਾਨ ਭਰਾ ਸੁਣੇ ਆ ਜਿਹੜੇ ਵੀ ਆਪਣੇ ਇੱਥੇ ਪਿੰਡ 'ਚ ਵੀ ਪਾਉਂਦੇ ਆ, ਅਤੇ ਕਹਿੰਦੇ ਆ ਵੀ ਝਾੜ ਬਹੁਤ ਵਧੀਆ ਬਣਦਾ, ਕਿ ਕਣਕ ਛੇਤੀ ਨਿਸਰ ਆਉਂਦੀ ਹੈ ਅਤੇ ਕਣਕ ਨੂੰ ਤਾਕਤ ਦਿੰਦੀ ਹੈ ਅਤੇ ਦਾਣੇ ਵਧੀਆ ਬਣਦੇ ਆ। ਚਲੋ ਹੋ ਸਕਦਾ ਫਾਇਦਾ ਹੁੰਦਾ ਹੋਵੇ, ਪਰ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ, ਨਾ ਆਪਾਂ ਕਦੇ ਪਾਈ ਆ। ਅਤੇ ਇਹ ਸੀ ਆਪਣੀ ਅੱਜ ਦੀ ਵੀਡੀਓ, ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਨਾਲ। ਜਿਹੜਾ ਕੋਈ ਭਰਾ ਆਪਣੇ ਚੈਨਲ 'ਤੇ ਨਵਾਂ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।